ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਮੇਜਿਨ ਟੀ ਵੀ ਅਤੇ ਮੈਂ ਤੁਹਾਡਾ ਆਪਣਾ ਸਾਹਿਲ ਮਾਰਾ। ਦੋਸਤੋ, ਅੱਜ ਅਸੀਂ ਪਹੁੰਚੇ ਲੁਧਿਆਣਾ ਦੇ ਰੱਖ ਵਾਗ ਦੇ ਵਿੱਚ, ਅਤੇ ਜਦੋਂ ਦਾ ਕਰੋਨਾ ਮਹਾਂਮਾਰੀ ਨੂੰ ਲੈ ਕੇ ਸਰਕਾਰ ਬਹੁਤ ਸਖਤ ਹੋ ਚੁੱਕੀ ਹੈ, ਔਰ ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਪਾਰਕਾਂ ਵਿੱਚ ਵੀ ਆਉਣ ਤੋਂ ਮਨਾ ਕੀਤੀ ਗਈ ਹੈ, ਕਿ ਵਾਕਈ ਦੇਖਦੇ ਹਾਂ ਅਸੀਂ ਰੱਖ ਵਾਗ ਦੇ ਵਿੱਚ ਇੱਥੇ ਦੇ ਕੀ ਹਾਲਾਤ ਨੇ, ਅਸੀਂ ਤੁਹਾਨੂੰ ਦਿਖਾਉਣਾ ਚਾਹਵਾਂਗੇ। ਅਤੇ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜੇ ਇਸ ਸਾਈਡ 'ਤੇ ਦਿਖਾਇਆ ਜਾਵੇਗੀ ਕਿ ਇੱਥੇ ਦੇ ਕਿਹੋ ਜਿਹੇ ਹਾਲਾਤ ਨੇ, ਤੁਸੀਂ ਦੇਖ ਸਕਦੇ ਹੋ ਸਾਡੇ ਕੈਮਰੇ ਰਾਹੀਂ। ਅਤੇ ਇੱਥੇ ਕੋਈ ਟਾਵਾਂ ਜਿਹੜਾ ਇੱਥੇ ਆ, ਜਿਹੜਾ ਕੋਈ ਸੈਰ ਕਰਨ ਵਾਸਤੇ ਜਾਂ ਇੱਥੇ ਬੈਠੇ ਹੋਏ ਨੇ, ਪਰ ਪ੍ਰੋਪਰ ਦੇਖਿਆ ਜਾਵੇ ਪ੍ਰੋਪਰ ਇਹ ਜਿਹੜਾ ਰੱਖ ਵਾਗ ਖਾਲੀ ਹੈ। ਅਤੇ ਔਰ ਸਰਕਾਰ ਦੀਆਂ ਜ਼ਿੰਮੇਵਾਰੀ ਸਮਝਦੇ ਹੋਏ, ਜੋ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਕਿ ਇਹਨਾਂ ਦੀ ਵੀ ਜ਼ਿੰਮੇਵਾਰੀ ਸਮਝਦੀ ਆ, ਮੰਨਦੀ ਹੈ ਕਿ ਉਹ ਰੱਖ ਵਾਗ ਨੂੰ ਪ੍ਰੋਪਰ ਬੰਦ ਕਰ ਕੀਤਾ ਹੋਇਆ ਵਾ। ਅਤੇ ਅਸੀਂ ਹੁਣ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਇੱਥੇ ਤਾਜ਼ੀਆਂ ਤਸਵੀਰਾਂ, ਕਿਹੋ ਜਿਹੀਆਂ ਤਾਜ਼ੀਆਂ ਤਸਵੀਰਾਂ ਨੇ। ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਜਿਹੜੀ ਰੱਖ ਵਾਗ ਦੀ ਕੰਟੀਨ ਆ, ਕਿ ਪ੍ਰੋਪਰ ਕਾਫੀ ਖਾਲੀ ਪਈ ਹੈ, ਕਿ ਕਾਫੀ ਦੇਖਿਆ ਜਾ ਸਕਦਾ ਕਿ ਇੱਥੇ ਕੀ ਬਕਾਇਦਾ ਜੋ ਪਾਬੰਦੀ ਲੱਗ ਚੁੱਕੀ ਹੈ ਕਿ ਇੱਥੇ ਆਉਣ ਤੋਂ, ਜੋ ਕਿ ਮਨਾਹੀ ਕੀਤੀ ਗਈ ਹੈ ਬਿਲਕੁਲ ਸਰਕਾਰ ਦੀਆਂ ਹਮਾਇਤਾਂ ਦੇ ਨਾਲ। ਔਰ ਅਸੀਂ ਤੁਹਾਨੂੰ ਤਾਜ਼ੀਆਂ ਤਸਵੀਰਾਂ ਜਿਹੜੀ ਦਿਖਾ ਰਹੇ ਹਾਂ, ਕਿਉਂਕਿ ਗਰਮੀ ਦੇ ਦਿਨਾਂ ਦੇ ਇਹਨਾਂ ਦਿਨਾਂ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ, ਕਿਉਂਕਿ ਜਿਹੋ ਜਿਹੇ ਹਾਲਾਤ ਨੇ ਕਰੋਨਾ ਮਹਾਂਮਾਰੀ ਦੇ ਆਪਾਂ ਦੇਖ ਰਹੇ ਹਾਂ, ਕਿ ਇੱਥੇ ਹੁਣ ਇਸ ਵੇਲੇ ਕੋਈ ਆ ਜਿਹੜੇ ਲਾਗੇ ਛਾਗੇ ਜਿਹੜੇ ਰਹਿ ਰਹੇ ਨੇ, ਉਹ ਥੋੜ੍ਹੇ ਜਿਹੜੇ ਹੈਗੇ ਲੋਕ ਕੁਛ ਆ ਰਹੇ ਨੇ ਸੈਰ ਕਰਨ ਵਾਸਤੇ ਆ ਰਹੇ ਨੇ, ਪਰ ਇੱਥੇ ਜੋ ਵੀ ਹੈ ਪ੍ਰੋਪਰ ਬੰਦ ਹੈ। ਪਰ ਇੱਥੇ ਜੋ ਸਰ ਬੈਠੇ ਸੀ, ਉਹਨਾਂ ਵੀ ਗੱਲਬਾਤ ਕਰਾਂਗੇ, ਉਹ ਇਹਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਸਰ, ਨਮਸਕਾਰ ਜੀ, ਖੜੋ ਜੀ ਮੈਡਮ। ਇਹ ਇੱਥੇ ਦੇ ਰੱਖ ਵਾਗ ਤੇ, ਹਾਂਜੀ ਤੁਹਾਡੀ ਕੰਟੀਨ ਹੈ ਜੀ? ਹਾਂਜੀ ਹਾਂਜੀ। ਅਤੇ ਕੀ ਇੱਥੇ ਆਪਣਾ ਲੋਕ ਪਬਲਿਕ ਵਗੈਰਾ ਇੱਥੇ ਆਉਂਦੀ ਹੈ ਸੈਰ ਕਰਨ ਵਾਸਤੇ? ਨਹੀਂ, ਆ ਜਦੋਂ ਦਾ ਚੱਲਿਆ ਕਰੋਨਾ ਦਾ, ਉਸ ਤੋਂ ਬਾਅਦ ਕੰਮ ਨਹੀਂ ਹੋ, ਕੋਈ ਨਹੀਂ, ਬਿਲਕੁਲ ਨਹੀਂ। ਅਤੇ ਜਿਹੜੇ ਇੱਥੇ ਕੁਛ ਆ ਰਹੇ ਨੇ, ਜਿਹੜੇ ਆਪਾਂ ਦੇਖੇ ਬਹੁਤ ਘੱਟ ਹੈਗੇ ਨੇ, ਉਹ ਕੀ ਕਿਸ ਵਾਸਤੇ? ਸੈਰ ਵਾਸਤੇ ਇਹਦੇ ਟਾਈਮਿੰਗ ਕਿੰਨੇ ਤੋਂ ਕਿੰਨੇ ਲੱਗਦਾ ਹੈ ਖੁੱਲ੍ਹਣ ਦਾ? ਸਵੇਰੇ 9 ਵਜੇ। ਸਵੇਰੇ 9 ਵਜੇ, ਸ਼ਾਮ ਦੇ ਕਿੰਨੇ ਤੱਕ? 7:30 ਤੱਕ। ਠੀਕ ਹੈ। ਅਤੇ ਇੱਥੇ ਕੀ ਸਿਕਿਉਰਿਟੀ ਦਾ ਵੀ ਪ੍ਰਬੰਧ ਹੈਗਾ ਇਸ ਵੇਲੇ? ਸਿਕਿਉਰਿਟੀ ਦਾ ਗਾਰਡ ਹੈਗੇ ਜੀ। ਠੀਕ ਹੈ। ਅਤੇ ਇਹ ਵੀ ਨੇ ਦੱਸੇ, ਸਰ ਨੇ ਦੱਸਿਆ ਕਿ ਸਾਨੂੰ ਕਿ ਇੱਥੇ ਬਕਾਇਦਾ ਜੋ ਕਿ ਪ੍ਰੋਪਰ ਬੰਦ ਹੈਗਾ ਵਾ, ਅਤੇ ਜਿਹੜਾ ਟਾਈਮ ਜਿਹੜਾ ਦੱਸਿਆ ਤੁਸੀਂ ਆਪਾਂ ਟਾਈਮ ਤੁਹਾਨੂੰ ਚੈਨਲ ਰਾਹੀਂ ਦੱਸ ਵੀ ਦਿੱਤਾ ਉਹਨਾਂ ਨੇ ਕੀ ਟਾਈਮ ਹੈਗਾ ਵਾ। ਔਰ ਜੋ ਕਰੋਨਾ ਮਹਾਂਮਾਰੀ ਨੂੰ ਅਸੀਂ ਵੀ ਆਪਣੇ ਚੈਨਲ ਰਾਹੀਂ ਉਹ ਬੇਨਤੀ ਕਰਨਾ ਚਾਹੁੰਦੇ, ਆਪਣੇ ਘਰਾਂ ਵਿੱਚ ਰਹੋ, ਸੁਰੱਖਿਅਤ ਰਹੋ, ਕਿਉਂਕਿ ਅਗਰ ਜ਼ਰੂਰਤ ਹੈ ਅਤੇ ਘਰ ਦਾ ਇੱਕ ਮੈਂਬਰ ਹੀ ਚੀਜ਼ ਖਰੀਦਣ ਜਾਵੇ, ਨਾ ਕਿ 4 ਜਣੇ ਨਾਲ ਜਾਣ, ਕਿਉਂਕਿ ਅਕਸਰ ਦੇਖਿਆ ਜਾਂਦਾ ਬਾਜ਼ਾਰ 'ਚ ਜਾਂਦੇ ਨੇ ਅਤੇ ਇੱਕ ਨੇ ਚੀਜ਼ ਲੈਣੀ ਹੁੰਦੀ, 4 ਹਮੇਸ਼ਾ ਨਾਲ ਨਿਕਲਦੇ ਨੇ, ਪਰ ਆਪਾਂ ਨੂੰ ਹਮੇਸ਼ਾ ਆਪਣੇ ਘਰ ਦੇ ਵਿੱਚ ਰਹਿਣਾ ਚਾਹੀਦਾ, ਸੇਫ ਰਹਿਣਾ ਚਾਹੀਦਾ ਵਾ। ਤੁਹਾਨੂੰ ਅਸੀਂ ਉਸ ਜਗ੍ਹਾ 'ਤੇ ਤਾਜ਼ੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਛੋਟੀ ਟ੍ਰੇਨ ਜੋ ਰੱਖ ਵਾਗ ਦੇ ਵਿੱਚ ਚੱਲਦੀ ਸੀ, ਅਤੇ ਉਹ ਤੁਸੀਂ ਦੇਖ ਸਕਦੇ ਹੋ ਸਾਡੀ ਤਸਵੀਰਾਂ ਦੇ ਨਾਲ, ਕਿ ਉਹ ਜੋ ਕਿ ਪ੍ਰੋਪਰ ਬੰਦ ਹੈ, ਉਹ ਖਾਲੀ ਜਗ੍ਹਾ ਕਾਫੀ ਸੁੰਨਮਸਾਨ ਇਸ ਜਗ੍ਹਾ 'ਤੇ ਪਈ ਹੋਈ ਆ, ਕਿ ਰੱਖ ਵਾਗ ਦੇ ਵਿੱਚ ਕਾਫੀ ਲੋਕ ਨੇ ਜਿਹੜੇ ਬਹੁਤ ਇਹ ਕਹਿ ਸਕਦੇ ਆਪਾਂ ਕਿ ਕਰੋਨਾ ਬਿਮਾਰੀ ਤੋਂ ਡਰੇ ਹੋਏ ਨੇ, ਜੋ ਕੁਛ ਘਰ ਵਿੱਚ ਹੀ ਰਹਿ ਰਹੇ ਨੇ। ਅਤੇ ਪਰ ਜੇ ਅਸੀਂ ਗੱਲਬਾਤ ਕਰੀਏ, ਕੋਈ ਜੂਨ ਦਾ ਮਹੀਨਾ ਜੋ ਚੱਲ ਰਿਹਾ ਇਸ ਵੇਲੇ, ਛੁੱਟੀਆਂ ਦਾ ਦਿਨ ਹੁੰਦੇ ਸੀਗੇ, ਇੱਥੇ ਇੱਕ ਮਤਲਬ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਮਿਲਦੀ, ਪਰ ਜੋ ਅਸੀਂ ਤੁਹਾਨੂੰ ਤਾਜ਼ੀਆਂ ਤਸਵੀਰਾਂ ਦਿਖਾ ਰਹੇ ਇੱਥੇ ਦੇ ਕਿਹੋ ਜਿਹੇ ਹਾਲਾਤ ਨੇ, ਔਰ ਹਮੇਸ਼ਾ ਸਰਕਾਰ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਆਪਣੀ ਸੇਫਟੀ ਬਣਾ ਕੇ ਰੱਖੋ, ਆਪਣੇ ਘਰ ਦੇ ਵਿੱਚ ਰਹੋ। ਅਤੇ ਜਦੋਂ ਅਸੀਂ ਇੱਥੇ ਕੰਟੀਨ ਵਾਲੇ ਨਾਲ ਗੱਲਬਾਤ ਕੀਤੀ, ਉਹਨਾਂ ਨੇ ਇਹੀ ਦੱਸਿਆ ਵਾ ਕਿ ਜੋ ਪਹਿਲਾਂ ਬਹੁਤ ਇੱਥੇ ਮਤਲਬ ਕਿ ਕਾਫੀ ਲੋਕ ਜਿਹੜੇ ਆ ਕਾਫੀ ਘੱਟ ਨੇ, ਕੋਈ ਘਰ ਜਿਹੜੇ ਹੈਗੇ ਨੇ ਲੋਕ ਜਿਹੜੇ ਇੱਥੇ ਸੈਰ ਕਰਨ ਆਉਂਦੇ ਨੇ, ਉਹ ਤੁਹਾਨੂੰ ਅਸੀਂ ਤਾਜ਼ੀਆਂ ਤਸਵੀਰਾਂ ਨਾਲ ਦੇ ਨਾਲ ਤੁਹਾਨੂੰ ਅਸੀਂ ਦਿਖਾਉਂਦੇ ਰਹਾਂਗੇ। ਆਪਾਂ ਇੱਥੇ ਇੱਕ ਲੜਕਾ ਜੋ ਸੈਰ ਕਰਨ ਆਇਆ, ਤਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੇ ਦੇਖਿਆ ਦੱਸਿਆ ਜਾ ਰਿਹਾ ਕਿ ਜੋ ਕਿ ਰੱਖ ਵਾਗ ਬੰਦ ਹੈਗਾ, ਪ੍ਰੋਪਰ ਬੰਦ ਹੈਗਾ, ਕੁਛ ਲੋਕ ਜਿਹੜੇ ਇੱਥੇ ਘੁੰਮ ਰਹੇ ਨੇ, ਬਾਕੀ ਅਸੀਂ ਨਾਲ ਗੱਲਬਾਤ ਕਰਦੇ ਹਾਂ ਉੱਥੇ ਕੀ ਕਰਨਾ। ਹਾਂਜੀ ਰਾਜੇ, ਕੀ ਨਾਮ ਤੁਹਾਡਾ? ਭਾਅ ਜੀ ਮੇਰਾ ਨਾਮ ਮਣੀ ਹੈਗਾ। ਹਾਂਜੀ, ਕਿੱਥੇ ਰਹਿੰਦੇ ਤੁਸੀਂ? ਮੈਂ ਸ਼ਾਮ ਨਗਰ ਰਹਿੰਦਾ ਭਾਅ ਜੀ। ਠੀਕ ਹੈ। ਅਤੇ ਕਦੀ ਕਦਾਰ ਸ਼ਾਮ ਨੂੰ ਘੁੰਮਣ ਆ ਜਾਂਦਾ ਵਾ, ਇੱਥੇ ਰਸ਼ ਬਹੁਤ ਹੈਗਾ ਵਾ, ਪਹਿਲਾਂ ਸੀਗਾ ਬਹੁਤ, ਹੁਣ ਘੱਟ ਹੋ ਗਿਆ ਕਰੋਨਾ ਕਰਕੇ, ਜੂਨ ਦੇ ਮਹੀਨੇ 'ਚ ਜ਼ਿਆਦਾ ਹੁੰਦਾ ਸੀਗਾ ਰਸ਼ ਭਾਅ ਜੀ। ਅਤੇ ਤੁਸੀਂ ਡੇਲੀ ਇੱਥੇ ਆਉਂਦੇ ਹੋ? ਨਹੀਂ, ਕਦੀ ਕਦੀ ਘੁੰਮਣ ਆਉਂਦਾ ਭਾਅ ਜੀ। ਇਕੱਲੇ ਆਉਂਦੇ ਤੁਸੀਂ ਇੱਥੇ? ਹਾਂਜੀ, ਇਕੱਲੇ ਆਉਂਦੇ ਜੀ। ਇੱਥੇ ਸਿਕਿਉਰਟੀ ਗਾਰਡ ਹੁੰਦੇ ਇੱਥੇ? ਹਾਂਜੀ ਹੁੰਦੇ ਆ ਜੀ। ਸਿਕਿਉਰਟੀ ਗਾਰਡ ਹੁੰਦੇ? ਹਾਂਜੀ। ਕੀ ਤੁਹਾਨੂੰ ਸਿਕਿਉਰਟੀ ਗਾਰਡ ਕਹਿੰਦੇ ਨੇ ਕਿ ਤੁਸੀਂ ਘਰ ਵਿੱਚ ਰਹੋ ਜਾਂ ਕੋਈ ਗੱਲਬਾਤ ਕਰਦੇ? ਨਹੀਂ, ਕਹਿੰਦੇ ਹੈਗੇ ਜੀ ਕਿ ਕਹਿੰਦੇ ਅੰਦਰ ਆਉਂਦੇ ਹੈਗੇ ਤਾਂ ਮਾਸਕ ਲਾ ਕੇ ਆਇਆ ਕਰੋ, ਵਰਨਾ ਤੁਸੀਂ ਅੰਦਰ ਨਾ ਆਇਆ ਕਰੋ। ਠੀਕ ਹੈ ਜੀ। ਅਤੇ ਤੁਸੀਂ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਨੂੰ? ਕੀ ਦੇਣਾ ਚਾਹੁੰਦੇ ਹੋ ਪਬਲਿਕ ਨੂੰ? ਇਹੀ ਮੈਸੇਜ ਦੇਣਾ ਚਾਹੁੰਦਾ ਕਿ ਆਪਣੇ ਆਪਣੇ ਘਰੇ ਰਹੋ ਸਾਰੇ, ਸੇਫ ਰਹੋਗੇ ਤਾਂ ਹੀ ਆਪਾਂ ਅੱਗੇ ਵੱਧ ਪਾਵਾਂਗੇ। ਠੀਕ ਹੈ। ਅਤੇ ਇਸ ਵੀ ਨੇ ਇੱਕ ਮੈਸੇਜ ਵਾਕਈ ਵਧੀਆ ਦਿੱਤਾ ਵਾ, ਕਿ ਉਹ ਵੀ ਦੱਸ ਰਿਹਾ ਵਾ ਕਿ ਅਗਰ ਅਸੀਂ ਜਦੋਂ ਸੈਰ ਕਰਨ ਆਉਂਦੇ ਹਾਂ, ਇੱਥੇ ਸਾਨੂੰ ਸਿਕਿਉਰਟੀ ਗਾਰਡ ਵੱਲੋਂ ਵੀ ਰੋਕਿਆ ਜਾ ਰਿਹਾ ਕਿ ਤੁਸੀਂ ਇੱਥੇ ਕੀ ਕਰਨਾ ਨੇ, ਅਗਰ ਕਹਿੰਦੇ ਜੇ ਆਉਣਾ ਵੀ ਆ ਤਾਂ ਆਪਣੇ ਮੂੰਹ 'ਤੇ ਮਾਸਕ ਵਗੈਰਾ ਪਾ ਕੇ ਆਓ, ਜਿਸ ਤਰ੍ਹਾਂ ਵੀ ਨੇ ਸਾਨੂੰ ਦੱਸਿਆ ਹੈਗਾ। ਅਤੇ ਬਾਕੀ ਗੱਲ ਹੈਗੀ ਆ, ਅਸੀਂ ਆਪਣੇ ਚੈਨਲ ਦੇ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਦੇਖੋ, ਪਾਰਕਾਂ ਨਾਲੋਂ ਜੇ ਤੁਸੀਂ ਆਪਾਂ ਘਰ ਵਿੱਚ ਰਹਾਂਗੇ ਤਾਂ ਜਲਦੀ ਸੇਫ ਰਹਾਂਗੇ, ਉਹ ਬਿਮਾਰੀ ਨੂੰ ਆਪਾਂ
तो फिर इसका मतलब